ਜੈਕਾਰਿਆਂ ਦੀ ਗੂੰਜ ਵਿੱਚ ਖਾਲਸਾ ਵਹੀਰ ਸ੍ਰੀ ਅਨੰਦਪੁਰ ਸਾਹਿਬ ਪੁੱਜ ਗਈ। ਸੰਗਤਾਂ ਗੁਰੂ ਦੇ ਰੰਗ ਵਿੱਚ ਇੰਜ ਰੰਗੀਆਂ ਨਜ਼ਰ ਆਈਆਂ ਜਿਵੇਂ ਸਭ ਦੁਨੀਆਦਾਰੀ ਭੁੱਲ ਗਈ ਹੋਵੇ। ਬਹੁਤ ਹੀ ਸੋਹਣਾ ਮਨਮੋਹਕ ਦ੍ਰਿਸ਼ ਨਜ਼ਰ ਆਇਆ। ਖਾਲਸਾ ਵਹੀਰ ਦੇ ਪੁੱਜਣ ਤੋਂ ਬਾਅਦ ਭਾਈ ਅੰਮ੍ਰਿਤਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਬਹੁਤ ਹੀ ਵਧੀਆ ਵਿਚਾਰ ਸੰਗਤ ਅੱਗੇ ਰੱਖੇ। ਤੁਸੀਂ ਅੱਗੇ ਵੀਡੀਓ ਵਿੱਚ ਦੇਖੋ। ਗੱਲ ਹੈ ਵੀ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਇਹ ਚੌਥਾ ਪਿੱਧਰ ਮੰਨਿਆ ਜਾਂਦਾ ਮੀਡੀਆ, ਔਰ ਜੇ ਮੀਡੀਆ ਸਰਕਾਰ ਦੀਆਂ ਨੇ ਕਿੱਧਰ ਧਮਕੀਆਂ ਤੋਂ ਡਰ ਕੇ ਵਹੀਰ ਦੀ ਕਵਰੇਜ ਬੰਦ ਕਰਦੀ ਹੈ, ਤੇ ਫਿਰ ਆਪਣੇ ਆਪ ਨੂੰ ਨਿਰਪੱਖ ਮੀਡੀਆ ਕਹਿਣ ਦਾ ਅਧਿਕਾਰ ਉਹਨਾਂ ਕੋਲ ਨਹੀਂ ਹੋਣਾ ਚਾਹੀਦਾ। ਬਹੁਤ ਐਸੇ ਸੱਜਣ ਨੇ ਜਿਹੜੇ ਪਿੱਛੋਂ ਦੀ ਇਹ ਕਹਿ ਦਿੰਦੇ ਨੇ ਵੀ ਭਾਈ ਸਾਡੇ ਤੇ ਪਾਬੰਦੀ ਹੈ। ਇਹਦਾ ਮਤਲਬ ਇਹ ਹੈ ਵੀ ਤੁਸੀਂ ਸੱਚ ਬੋਲਣ ਦੇ ਉੱਤੇ ਜਿਹੜੀ ਤੁਹਾਡੇ ਤੇ ਪਾਬੰਦੀ ਲਾ ਦੇਵੇ, ਫਿਰ ਆਪਾਂ ਆਪਣੇ ਨੂੰ ਮੀਡੀਆ ਨਾ ਖਵਾਈਏ। ਇਹੋ ਹੀ ਹਾਲ ਜੀ ਦੇ ਮੋਰਚੇ 'ਚ ਕੀਤਾ ਜਾ ਰਿਹਾ, ਇਹੋ ਹੀ ਬਹਿਬਲ ਦੇ ਮੋਰਚੇ 'ਚ ਕੀਤਾ ਜਾ ਰਿਹਾ। ਮੀਡੀਆ ਦੇ ਦਬਾਅ ਬਣਾ ਕੇ ਉੱਥੋਂ ਦੀ ਕਵਰੇਜ ਰੋਕੀ ਜਾ ਰਹੀ ਹੈ, ਉੱਥੇ ਪੁਲਿਸ ਲੋਕਾਂ ਨੂੰ ਡਾਂਗ ਫੇਰ ਰਹੀ ਹੈ, ਮਾਵਾਂ ਬਜ਼ੁਰਗ ਜਿਹੜੀਆਂ ਮਾਤਾਵਾਂ ਨੇ ਉਹਨਾਂ ਨੂੰ ਕੁੱਟਿਆ ਮਾਰਿਆ ਜਾ ਰਿਹਾ, ਮੋਰਚਿਆਂ ਦੇ ਵਿੱਚ ਇਹ ਹਾਜ਼ਰ ਕੀਤਾ ਗਿਆ। ਸੋ ਮੇਰੀ ਇਹ ਬੇਨਤੀ ਹੈ ਵੀ ਜੇ ਤੇ ਇਸ ਤਰੀਕੇ ਨਾਲ ਅੱਜ ਮੀਡੀਆ ਨੂੰ ਏਦਾਂ ਉਂਗਲਾਂ ਦੇ ਨਚਾਇਆ ਜਾ ਰਿਹਾ ਤੇ ਕੱਲ੍ਹ ਨੂੰ ਹੋਰ ਕੋਈ ਮੰਗ ਰੱਖ ਦੇਣਗੇ, ਕਿੰਨੀਆਂ ਕੁ ਮੰਗਾਂ ਸਰਕਾਰ ਦੀਆਂ ਪੂਰੀਆਂ ਕਰਨੀਆਂ। ਸੋ ਆਪਣਾ ਫਰਜ਼ ਇਹ ਹੈ, ਜਿਹੜੇ ਮੀਡੀਆ ਵਾਲੇ ਸਹਿਰਦ ਬੰਦੇ ਨੇ ਉਹਨਾਂ ਦਾ ਫਰਜ਼ ਇਹ ਹੈ ਵੀ ਜਿਨ੍ਹਾਂ ਨੇ ਇਹ ਸਹੁੰ ਖਾਧੀ ਹੈ ਵੀ ਅਸੀਂ ਸੱਚ ਨੂੰ ਦਿਖਾਉਣਾ, ਫਿਰ ਸਰਕਾਰਾਂ ਜ਼ਬਰ ਕਰਦੀਆਂ ਹੁੰਦੀਆਂ। ਪਰ ਆਪਾਂ ਚੈਨਲ ਡਿਲੀਟ ਹੋਣ ਦੇ ਜਾਂ ਕਿਸੇ ਵੀ ਐਸੇ ਮੌਕੇ ਤੋਂ ਡਰ ਕੇ ਜੇ ਚੁੱਪ ਕਰ ਗਏ, ਫਿਰ ਤੇ ਉਹਨਾਂ ਦੇ ਇਸ਼ਾਰੇ ਤੇ ਨਜ਼ਰ ਜੋਗੇ ਰਹਾਂਗੇ। ਡੈਮੋਕ੍ਰੇਸੀ ਦਾ ਤਾਂ ਪਹਿਲਾਂ ਵੀ ਸਿਰਫ ਮੁਖੌਟਾ ਪਹਿਨੇ ਆਇਆ ਹਿੰਦੁਸਤਾਨ ਦੇ ਵਿੱਚ, ਪਰ ਜਿਹੜਾ ਇਹ ਗੱਲ ਕਹਿ ਦੇਣੀ ਕਿਸੇ ਨੂੰ ਵੀ ਕਿਸੇ, ਦੇਖੋ ਅਸੀਂ ਜਿੱਥੇ ਜਿੱਥੇ ਗਏ ਹਾਂ ਉੱਥੇ ਉੱਥੇ ਜਾ ਕੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ, ਹਜ਼ਾਰਾਂ ਲੋਕ ਸਮਾਗਮਾਂ 'ਚ ਹਾਜ਼ਰੀ ਭਰਦੇ ਰਹੇ, ਸੈਂਕੜਿਆਂ ਦੀ ਗਿਣਤੀ 'ਚ ਹਰ ਰੋਜ਼ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਇਸ ਦੇ ਵਿੱਚ ਕੋਈ ਐਸੀ ਗੱਲ ਹੋਵੇ ਜਿਹੜੀ ਸਮਾਜ ਨੂੰ ਤੰਗ ਕਰਨ ਵਾਲੀ ਹੋਵੇ, ਕੋਈ ਐਸੀ ਗੱਲ ਕੀਤੀ ਗਈ ਹੋਵੇ ਜਿਹੜੀ ਸਮਾਜ ਨੂੰ ਪਰੇਸ਼ਾਨ ਕਰਦੀ ਹੈ, ਗੁਰੂ ਘਰਾਂ ਦੀ ਮਰਿਆਦਾ 'ਤੇ ਪਹਿਰਾ ਦੇਣ ਦੀ ਗੱਲ ਕੀਤੀ ਹੈ, ਨੌਜਵਾਨਾਂ ਨੂੰ ਨਸ਼ੇ ਤਿਆਗ ਕੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ ਹੈ। ਸੋ ਇਸ ਕਰਕੇ ਕੋਈ ਐਸਾ ਸੋਸ਼ਲ ਐਂਟੀ ਸੋਸ਼ਲ ਐਲੀਮੈਂਟ 'ਤੇ ਕੋਈ ਨਹੀਂ ਤੁਰਿਆ ਕਰਦਾ, ਤੇ ਸਰਕਾਰ ਜੇ ਫਿਰ ਵੀ ਇੱਦਾਂ ਦੀ ਪਾਬੰਦੀ ਲਾਊਗੀ ਤੇ ਫਿਰ ਸਾਨੂੰ ਇਹ ਸੋਚਣ ਤੇ ਮਜਬੂਰ ਹੋਣਾ ਜ਼ਰੂਰ ਪਊਗਾ ਵੀ ਇੱਥੇ ਡੈਮੋਕ੍ਰੇਸੀ ਪਹਿਲਾਂ ਵੀ ਨਹੀਂ ਸੀ, ਮਖੌਟਾ ਸੀ, ਹੁਣ ਮਖੌਟਾ ਵੀ ਲਾ ਕੇ ਛੱਡ ਦਿੱਤਾ ਉਹਨਾਂ ਨੇ, ਹੁਣ ਉਹਨਾਂ ਨੇ ਕਿਹਾ ਵੀ ਸਾਨੂੰ ਮਖੌਟੇ ਦੀ ਵੀ ਲੋੜ ਨਹੀਂ। ਸਰਕਾਰ ਨੂੰ ਇਸ ਮੌਕੇ ਕੁਝ ਕਹਿਣਾ ਚਾਹੁੰਦੇ ਹੋ ਜੀ? ਮੈਂ ਤਾਂ ਉਹਨਾਂ ਨੂੰ ਕਹਿਣਾ ਵੀ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ, ਜਿਹੜੇ ਰਾਹ ਤੇ ਸਰਕਾਰ ਤੁਰ ਪਈ ਹੈ। ਬਾਈ ਦੀਪ ਸਿੱਧੂ ਨੇ ਇੱਕ ਬਚਨ ਕੀਤੇ ਸੀ ਮੌਜੂਦਾ ਮੁੱਖ ਮੰਤਰੀ ਦੇ ਮੁਤਾਬਕ, ਉਹਨਾਂ ਨੂੰ ਪੁੱਛਿਆ ਗਿਆ ਸੀ ਤੇ ਉਹ ਕਹਿੰਦੇ ਸੀ ਵੀ ਇਹ ਕਿ ਆਪਣੇ ਬੇਅੰਤ ਸਿੰਘ ਦੇ ਰਾਹ ਤੁਰ ਪੈਣਗੇ, ਤੇ ਜਿੱਦਾਂ ਦੇ ਤਰੀਕੇ ਨਾਲ ਵਿਹਾਰ ਕੀਤਾ ਜਾ ਰਿਹਾ ਹੈ, ਜਿਹਦੇ ਮੋਰਚਾ ਲੱਗਾ ਹੈ ਉਹ ਕਹਿੰਦੇ ਵੀ ਮੋਰਚਾ ਇਲੀਗਲ ਹੈ, ਪਰ ਮੋਰਚਾ ਜਿਹੜਾ ਵਾ ਉਹ ਅਧਿਕਾਰ ਨਹੀਂ ਹੈਗਾ ਲੋਕਾਂ ਨੂੰ ਲਾਉਣ ਦਾ। ਮਤਲਬ ਜੇ ਡੈਮੋਕ੍ਰੇਸੀ ਦੇ ਵਿੱਚ ਕਿਸੇ ਨੂੰ ਪ੍ਰੋਟੈਸਟ ਦਾ ਅਧਿਕਾਰ ਨਹੀਂ ਰਹਿੰਦਾ, ਸ਼ਾਂਤਮਈ ਮੋਰਚਾ ਲਾਉਣ ਦਾ ਅਧਿਕਾਰ ਨਹੀਂ ਰਹਿੰਦਾ, ਤੇ ਫਿਰ ਲੋਕਾਂ ਨੂੰ ਇਹੋ ਕਿਹਾ ਜਾ ਰਿਹਾ ਵੀ ਸ਼ਾਂਤਮਈ ਤੁਹਾਡਾ ਕੁਛ ਨਹੀਂ ਬਣਨਾ, ਤੁਸੀਂ ਜਿਹੜਾ ਦੂਜਾ ਤਰੀਕਾ ਚੱਕਣਾ ਚੱਕ ਲਓ। ਸੋ ਫਿਰ ਬਾਅਦ 'ਚ ਮੈਂ ਕੀ ਕਹਿਣਾ ਵੀ ਲੋਕ ਵਾਇਲੈਂਟ ਨੇ,
ਹੁਣ ਜੇ ਸ਼ਾਂਤਮਈ ਤੁਸੀਂ ਮੋਰਚਾ ਲਾਉਣ ਦਾ ਅਧਿਕਾਰ ਵੀ ਲੋਕਾਂ ਕੋਲ ਖੋ ਰਹੇ ਹੋ ਡੈਮੋਕ੍ਰੇਸੀ ਦੇ ਵਿੱਚ, ਤੇ ਫਿਰ ਲੋਕਾਂ ਦਾ ਕੋਈ ਦੋਸ਼ ਨਹੀਂ ਜੇ ਕੱਲ੍ਹ ਨੂੰ ਨੌਜਵਾਨੀ ਕਿਸੇ ਹੋਰ ਪਾਸੇ ਤੁਰ ਪੈਂਦੀ ਹੈ ਆਪਣੇ ਹੱਕ ਲੈਣ ਵਾਸਤੇ। ਸ਼ਰਾਬ ਦੀ ਫੈਕਟਰੀ ਲੀਗਲ ਹੈ, ਜਿਹਨੇ ਲਾਗੇ ਦੇ 50 ਪਿੰਡਾਂ ਦਾ ਪਾਣੀ ਖਰਾਬ ਕਰ ਦਿੱਤਾ ਹੈ। ਸ਼ਰਾਬ ਦੀ ਫੈਕਟਰੀ ਲੀਗਲ ਹੈ, ਵੈਸੇ ਕੋਈ ਸ਼ਰਾਬ ਚੰਗੀ ਚੀਜ਼ ਹੈਗੀ ਸਮਾਜ ਵਾਸਤੇ? ਨਹੀਂ ਹੈ। ਸਰਕਾਰਾਂ ਆਪਣੇ ਮੁਨਾਫੇ ਵਾਸਤੇ ਅਸੀਂ ਫੈਕਟਰੀਆਂ ਲਾਉਂਦੀਆਂ ਨੇ, ਉਹਨਾਂ ਕੋਲ ਟੈਕਸ ਵਸੂਲਦੀਆਂ ਨੇ, ਉਹਨਾਂ ਕੋਲ ਹਿੱਸਾ ਲੈਂਦੀਆਂ ਨੇ। ਸਮਾਜ ਵੀ ਇਹ ਕੋਈ ਚੰਗੀ ਚੀਜ਼ ਨਹੀਂ। ਦੁਨੀਆਂ ਦਾ ਕੋਈ ਬੰਦਾ ਉੱਠ ਕੇ ਨਹੀਂ ਬਾਂਹ ਖੜੀ ਕਰਕੇ ਕਹਿ ਸਕਦਾ ਵੀ ਸ਼ਰਾਬ ਚੰਗੀ ਹੈ, ਸਾਰੇ ਮਾੜੀ ਕਹਿਣਗੇ। ਜਿਹੜੀ ਸ਼ਰਾਬ ਦੀ ਫੈਕਟਰੀ ਹੈਗੀ ਮਾੜੀ ਹੈ, ਉਹਨੂੰ ਲਾਇਆ, ਲਾਉਣ ਤੋਂ ਬਾਅਦ ਚ ਜਿਹੜਾ ਉਹਦਾ ਵੇਸਟ ਮਟੀਰੀਅਲ ਹੈ ਉਹਨੂੰ ਸਹੀ ਤਰੀਕੇ ਨਾਲ ਡਿਸਪੋਜ਼ ਕਰਨ ਦੀ ਬਜਾਏ, ਕਿਉਂਕਿ ਉਹਦੇ ਚ ਖਰਚਾ ਆਉਂਦਾ, ਉਹਦੇ ਚ ਬਹੁਤ ਸਮਾਂ ਲੱਗਦਾ, ਉਹਦੇ ਚ ਸਟਾਫ ਲੱਗਦਾ, ਉਹਨੂੰ ਉਹ ਜਿਹੜਾ ਕਹਿੰਦੇ ਨਾ ਵੀ ਸਵਾਹ ਕਰਨ ਦੀ ਬਜਾਏ ਉਹਨਾਂ ਨੇ ਜ਼ਮੀਨ ਚ ਬੋਰ ਕੱਢ ਕੇ ਤੇ ਉੱਥੇ ਜਿਹੜਾ ਵਾ ਸਾਰੀ ਦੀ ਸਾਰੀ ਲਾਹਣ ਸੁੱਟਣੀ ਸ਼ੁਰੂ ਕਰਦੀ। ਉਹ ਪਤਾ ਉਦੋਂ ਲੱਗਾ, ਪਤਾ ਨਹੀਂ ਕਦੋਂ ਦੀ ਕਰ ਰਹੇ ਆ, ਜਦੋਂ ਲੋਕਾਂ ਦੇ ਟਿਊਬਵੈਲਾਂ ਦੇ ਵਿੱਚੋਂ ਉਹ ਜ਼ਹਿਰੀਲੀ ਸ਼ਰਾਬ ਬਾਹਰ ਆਉਣ ਲੱਗ ਪਈ। ਇਸ ਗੱਲ ਤੇ ਮੋਰਚਾ ਲੱਗਾ, 3 ਮਹੀਨੇ ਹੋ ਗਏ ਉੱਥੇ ਸੰਗਤ ਬੈਠੀ ਹੈ, ਫੈਕਟਰੀ ਬੰਦ ਹੈ। ਤੁਸੀਂ ਦੱਸੋ 50 ਪਿੰਡਾਂ ਦੇ ਲੋਕ ਕੈਂਸਰ ਨਾਲ ਮਰ ਜਾਣ, ਸਰਕਾਰ ਨੂੰ ਇਹ ਮਨਜ਼ੂਰ ਹੈ? ਉੱਥੇ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਕੈਂਸਰ ਵਰਗੀ ਬਿਮਾਰੀ ਨਾਲ ਲੈ ਕੇ ਪੈਦਾ ਹੋਣ, ਸਰਕਾਰ ਨੂੰ ਮਨਜ਼ੂਰ ਹੈ? ਉਹ ਲੀਗਲ ਹੈ ਸਾਰਾ ਕੁਝ। ਤੇ ਜੇ ਉਸ ਫੈਕਟਰੀ ਨੂੰ ਬੰਦ ਕਰਾਉਣ ਲਈ ਕੋਈ ਮੋਰਚਾ ਲਾ ਕੇ ਬਹਿ ਜਾਵੇ, ਉਹ ਸਰਕਾਰ ਕਹਿੰਦੀ ਵੀ ਇਲੀਗਲ ਹੈ, ਇਹ ਸਰਕਾਰ ਨੂੰ ਸ਼ਰਮ ਨੂੰ ਹੱਥ ਮਾਰਨਾ ਚਾਹੀਦਾ ਹੈ। ਇੱਦਾਂ ਲੋਕਾਂ ਤੇ ਜ਼ੁਲਮ ਕੀਤਿਆਂ ਕਿ ਸਰਕਾਰਾਂ ਰਹੀਆਂ ਜਿਹੜੀਆਂ ਆਪਣੇ ਆਪ ਨੂੰ ਖਵਾਉਂਦੀਆਂ ਸੀ, ਜਿਹੜੇ ਆਪਣੇ ਆਪ ਨੂੰ ਵੱਡੇ ਅਖਵਾਉਂਦੇ ਸੀ, ਅਸੀਂ ਬੜੇ ਵੱਡੇ ਆਗੂ, ਉਹਨਾਂ ਦੀ ਕੀ ਹਾਲਤ ਹੈ? ਉਹ ਜਾ ਕੇ ਪ੍ਰਧਾਨ ਮੰਤਰੀ ਕੋਲ ਮੇਰੀਆਂ ਸ਼ਿਕਾਇਤਾਂ ਕਰਨ ਜੋਗੇ ਰਹੇ, ਉਹਨਾਂ ਦੇ ਮੌਕੇ ਤੇ ਇਹ ਹਾਲਤ ਹੈ। ਸੋ ਜੇ ਇਹਨਾਂ ਸਰਕਾਰ ਨੇ ਵੀ ਆਪਣਾ ਹੱਥ ਸ਼ਰੀਕ ਹੋਣਾ, ਸਮਾਂ ਤਾਂ ਲੰਘ ਜਾਣਾ, ਤੇ ਮੈਨੂੰ ਲੱਗਦਾ ਨਾ 5 ਸਾਲ ਨਹੀਂ ਪੂਰੇ ਕਰਨ ਜਿੰਨਾ ਦੱਸਣ ਚੱਲਣ ਦਾ। ਤੁਹਾਡੀ ਆਪਣੀ ਆਈਡੀਓਲੋਜੀ ਵਾਲਿਆਂ ਦੀ, ਤੁਹਾਡੀ ਆਈਡੀਓਲੋਜੀ ਦੇ ਲੋਕ ਜਿਹੜੇ ਸੰਤ ਦੀ ਕਰਾਂ ਨੇ, ਪਰ ਜਿਸ ਤਰੀਕੇ ਦੇ ਨਾਲ ਵੀਡੀਓ ਬਲੌਗ ਗੁਰੂ ਘਰਾਂ ਦੇ ਨਾਲ ਉਹ ਬਲੌਗ ਹੋ ਗਈਆਂ, ਕੀ ਲੱਗਦਾ ਤੁਹਾਨੂੰ ਕਿ ਖਾਲਸਾ ਵਜ਼ੀਰ ਦੀਆਂ ਵੀਡੀਓ ਡਿਲੀਟ ਹੋ ਜਾਣੀਆਂ, ਉਹ ਵੀ ਪੰਜਾਬ ਇੰਡੀਆ ਦੀ ਧਰਤੀ ਉੱਤੇ? ਦੇਖੋ, ਜੇ ਸੱਚ ਦੀ ਆਵਾਜ਼ ਇਦਾਂ ਦੱਬਦੀ ਹੁੰਦੀ ਤਾਂ ਫਿਰ ਸੱਚ ਬਹੁਤ ਪਹਿਲਾਂ ਦੱਬ ਚੁੱਕਾ। ਮੌਕੇ ਮੌਕੇ ਦੀਆਂ ਹਕੂਮਤਾਂ ਨੇ ਮੀਡੀਆ ਬਲੈਕਆਊਟ ਕੀਤੇ, ਲਹਿਰਾਂ ਨੂੰ ਰੋਕਣ ਲਈ, ਮੀਡੀਆ ਨੂੰ ਉੱਤੇ ਕੰਟਰੋਲ ਕਰਨ ਲਈ ਸਾਰਾ ਕੁਝ ਕੀਤਾ, ਪਰ ਇਹ ਤਾਂ ਹੋ ਰਿਹਾ। ਸਾਰੇ ਮੀਡੀਆ ਕੋਲ ਇਹਦਾ ਕੋਈ ਹੱਲ ਹੈ? ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕਰ, ਮੀਡੀਆ ਪ੍ਰੈਸ ਕਾਨਫਰੰਸ ਜਿਹੜੇ ਅੱਗੇ ਪ੍ਰੈਸ ਕਾਨਫਰੰਸ ਤੁਸੀਂ ਲੈਣ ਆਉਂਦੇ ਜੋ ਲੋਕਾਂ ਦੀ ਪ੍ਰੈਸ ਕਾਨਫਰੰਸ, ਇਹ ਆਪ ਤੁਸੀਂ ਇਕੱਠੇ ਹੋ ਕੇ ਪ੍ਰੈਸ ਕਾਨਫਰੰਸ ਕਰੋ ਵੀ ਜਰਨਲਿਜ਼ਮ ਦੇ ਉੱਤੇ ਇਹਨਾਂ ਨੇ ਪਾਬੰਦੀ ਲਾ ਦਿੱਤੀ ਹੈ, ਜਿਹੜੀ ਖਬਰ ਸਰਕਾਰ ਨੂੰ ਚੰਗੀ ਲੱਗਦੀ ਉਹ ਚਲਾਉਂਦੇ ਜਿੰਨੀ ਵੀ ਕਰਦੇ, ਇਹ ਤਰੀਕਾਕਾਰ ਅਪਣਾ ਚੁੱਕੀ ਸਰਕਾਰ। ਸੰਤ ਜੀਤੇ ਵਾਲ ਕਹਿੰਦੇ ਨੇ ਕਿ ਉਹ ਕੁਦਰਤ ਨੂੰ ਪਿਆਰ ਕਰਦੇ, ਪਰ ਉੱਥੇ ਜਾ ਕੇ ਉਹ ਕਹਿੰਦੇ ਨੇ ਜੀਰੇ ਫੈਕਟਰੀ ਵਾਲਾ ਪਾਣੀ ਸਹੀ ਆ। ਕੀ ਲੱਗਦਾ ਜਦੋਂ ਸੱਤਾ ਦੇ ਵਿੱਚ ਆ ਗਏ ਤਾਂ ਰੁੱਖ ਕਿਉਂ ਬਦਲ? ਬਹੁਤ ਬੰਦੇ ਕੁਰਸੀ ਤੇ ਬੈਠ ਕੇ ਬਦਲ ਜਾਂਦੇ ਨੇ, ਪਰ ਇਹ ਆ ਵੀ ਉਹਨਾਂ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਜ਼ਿੰਦਗੀ ਦਾ ਤਾਮ ਝਾਮ ਇਸ ਗੱਲ ਤੇ ਖੜਾ ਕੀਤਾ ਹੋਵੇ ਕਿ ਅਸੀਂ ਕੁਦਰਤ ਨੂੰ ਪ੍ਰੇਮ ਕਰਦੇ ਹਾਂ, ਉਹਨਾਂ ਵਾਸਤੇ ਤੇ ਸ਼ਰਾਬ ਦੀ ਫੈਕਟਰੀ ਦਾ ਵੈਸੇ ਹੀ ਵਿਰੋਧ ਕਰ ਦੇਣਾ ਚਾਹੀਦਾ। ਉਹਨਾਂ ਨੂੰ ਕੋਈ ਪਾਣੀ ਗੰਦਾ ਹੋ ਰਿਹਾ ਵੀ ਨਾ ਹੋ ਰਿਹਾ ਤਾਂ ਨਹੀਂ ਕੋਈ ਗੱਲ ਨਹੀਂ, ਉਹ ਆਪਣੇ ਆਪ ਨੂੰ ਸੰਤ ਕਹਿੰਦੇ ਨੇ, ਸੰਤ ਬੰਦਾ ਸ਼ਰਾਬ ਦੀ ਫੈਕਟਰੀ ਦੀ ਮੈਚ ਕਿਉਂ ਖੜੇ ਪਏ? ਉਹ ਕਹੇ ਵੀ ਸ਼ਰਾਬ ਦੀ ਫੈਕਟਰੀ ਬੰਦ ਕਰੋ, ਹੈ ਇਹ ਸਾਡੇ ਕੱਲਾ ਫੈਕਟਰੀ ਦਾ ਮਸਲਾ ਨਹੀਂ ਹੈਗਾ, ਫੈਕਟਰੀ ਦੇ ਵਿੱਚ ਲੇਬਰ ਲਿਆ ਕੇ ਬਾਹਰ ਉਸਾਈ ਜਾ ਰਹੀ ਹੈ, ਉਹ ਲੇਬਰ ਸਾਡੇ ਪਿੰਡਾਂ ਦੇ ਵਿੱਚ ਰਹਿ ਰਹੀ ਹੈ, ਪਿੰਡਾਂ 'ਚ ਤੰਬਾਕੂ ਆ ਰਿਹਾ, ਤੰਬਾਕੂ ਦੇ ਨਾਲ ਗੁਰੂ ਘਰਾਂ ਦੇ ਵਿੱਚ ਬਿਦਗੀਆਂ ਉਸ ਉਹਨਾਂ ਨੇ ਬਾਹਰ ਦੇ ਪ੍ਰਵਾਸੀਆਂ ਨੇ ਸ਼ੁਰੂ ਕਰ ਦਿੱਤੀਆਂ, ਆਪਣੇ ਕੋਲ ਕਿੰਨੇ ਕੇਸ ਆ ਗਏ। ਉਸ ਤੋਂ ਬਾਅਦ 'ਚ ਸਾਡੇ ਸਰਕਾਰੀ ਸਕੂਲਾਂ 'ਚ ਪੜ੍ਹਨ ਦਾ ਕਰਕੇ ਉਹਨਾਂ ਦਾ ਕਲਚਰਲ ਇਨਫਲੂਐਂਸ ਸਾਡੇ ਬੱਚਿਆਂ ਤੇ ਪੈ ਰਿਹਾ, ਸਾਡੀ ਬੋਲੀ ਨੂੰ ਪਿੱਛੇ ਰੱਖ ਕੇ ਉਹਨਾਂ ਦੀ ਬੋਲੀ ਨੂੰ ਅੱਗੇ ਕੀਤਾ ਜਾ ਰਿਹਾ। ਪੰਜਾਬ ਦੇ ਵਿੱਚ ਗੱਲੀ ਬਾਤੀ ਕਹਿ ਦੇਣਾ ਵੀ ਕਾਨੂੰਨ ਲਾਗੂ ਕਰ ਦਿਓ ਜੀ, ਬੋਲੀ ਬੋਲੀ ਦਾ ਕਾਨੂੰਨ ਪਹਿਲਾਂ ਹੀ ਲਾਗੂ ਹੋਇਆ, ਪੰਜਾਬ ਦੇ ਵਿੱਚ ਹਰ ਸਾਈਨ ਬੋਰਡ ਤੇ ਪੰਜਾਬੀ ਉੱਪਰ ਹੋਣ ਦਾ ਕਾਨੂੰਨ ਪਹਿਲਾਂ ਹੀ ਬਣਿਆ ਹੋਇਆ, ਕਿ ਅੱਜ ਤੱਕ ਜਦੋਂ ਸੂਬਾ ਲਿਆ ਉਦੋਂ ਬਣ ਗਿਆ ਸੀ ਕਾਨੂੰਨ। ਬੈਂਕਾਂ ਦੇ ਵਿੱਚ ਵੀ ਇਹੋ ਹੀ ਹੈ ਕਾਨੂੰਨ, ਪ੍ਰਾਈਵੇਟ ਤੇ ਜਿਹੜੇ ਸਰਕਾਰੀ ਅਦਾਰਿਆਂ 'ਚ ਇਹੋ ਹੀ ਹੈ
ਇੱਥੇ ਮਾਂ ਬੋਲੀ ਨੂੰ ਪਹਿਲ ਦਿੱਤੀ ਜਾਂਦੀ, ਪਰ ਕਾਨੂੰਨ ਨੂੰ ਲਾਗੂ ਕਰਾਉਣ ਲਈ ਉਹਨੂੰ ਉਸ ਕਾਨੂੰਨ ਦੀ ਪਾਲਣਾ ਕੌਣ ਕਰਦਾ? ਕੋਈ ਵੀ ਨੀ ਕਰਦਾ। ਅਨੰਦਪੁਰ ਸਾਹਿਬ ਦੇ ਵਿੱਚ ਵੀ ਕਈ ਸਕੂਲ ਆਏ ਜਿਹਨੇ ਜਿਹਦੇ ਵਿੱਚ ਪ੍ਰਵਾਸੀ ਜਿਹੜੇ ਮਜ਼ਦੂਰਾਂ ਦੇ ਬੱਚੇ ਤਾਦਾਦ ਜਾਂਦੇ ਆ, ਪਰ ਆਪਣਾ ਪੰਜਾਬੀ ਦੀ ਘੱਟ ਹੈ। ਉਹ ਬਹੁਤ ਸਾਜਿਸ਼ ਦੇ ਤਹਿਤ ਇਹ ਕੰਮ ਕੀਤਾ ਜਾ ਰਿਹਾ। ਹੁਣ ਤੁਸੀਂ ਦੇਖੋ ਵੀ ਜਿਹੜਾ ਬੱਚਾ ਇੱਥੇ ਪੜ੍ਹ ਜਾਊਗਾ, ਉਹ ਬੱਚੇ ਨੂੰ ਬਾਅਦ ਤੁਸੀਂ ਇਹ ਕਹਿਣ ਜੋਗ ਵੀ ਦਿਓਗੇ ਭਾਈ ਤੂੰ ਜੇ ਕਹਿਣਾ ਮੈਂ ਜੰਮਿਆ ਪੜ੍ਹਿਆ, ਪਰ ਉਹ ਬੰਦੇ ਆਪਣਾ ਜਿਹੜਾ ਪਿੱਛੇ ਉਹਨਾਂ ਦਾ ਸੱਭਿਆਚਾਰ ਹੈ ਉਹਨਾਂ ਲਈ ਮੁਬਾਰਕ ਹੋ ਸਕਦਾ, ਪਰ ਸਾਡੀ ਧਰਤੀ ਤੋਂ ਸੱਭਿਆਚਾਰ ਮੁਬਾਰਕ ਨਹੀਂ ਹੈਗਾ। ਹੈ ਹੁਣ ਪਿੱਛੇ ਜਿਹਾ ਜਦੋਂ ਨਹਿਰਾਂ ਦੇ ਵਿੱਚ ਆਪਾਂ ਸਫਾਈ ਕਰਦੇ ਹਾਂ, ਉਹ ਪੂਜਾ ਕਰਨ ਦੇ ਚੱਕਰ ਦੇ ਵਿੱਚ ਉਹਦੇ ਵਿੱਚ ਬਹੁਤ ਸੁੱਕੋ ਛੁੱਟੀ ਜਾਂਦੇ, ਉਹਦਾ ਪਿੱਛੇ ਮਸਲਾ ਖੜਾ ਹੋ ਗਿਆ ਸੀ। ਹੈ ਹੁਣ ਉਧਰ ਦੀਆਂ ਨਹਿਰਾਂ ਜਿੱਥੇ ਕਰੀ ਜਾਣ ਜੋ ਕਰਨਾ, ਪੰਜਾਬ ਦੀਆਂ ਨਹਿਰਾਂ ਦੀ ਗੰਦਗੀ ਨਹੀਂ ਚਾਹੀਦੀ ਨਾ। ਸੋ ਇਹ ਬਹੁਤ ਐਸੇ ਮਸਲੇ, ਇਹ ਤਾਂ ਬਹੁਤ ਛੋਟਾ ਮਸਲਾ। ਪਿੰਡਾਂ ਦੇ ਵਿੱਚ ਤੰਬਾਕੂ ਤੋਂ ਲੈ ਕੇ ਜੁਰਮ ਦਾ ਮਸਲਾ, ਲੁਧਿਆਣਾ ਸ਼ਹਿਰ ਕ੍ਰਾਈਮ ਦੀ ਹੱਬ ਬਣ ਚੁੱਕਾ ਹੈ, ਚੋਰੀਆਂ ਡਕੈਤੀਆਂ ਸਾਰਾ ਕੁਝ ਉੱਥੇ ਹੋ ਰਿਹਾ, ਸ਼ਰੇਆਮ ਉੱਥੇ ਧੀਆਂ ਭੈਣਾਂ ਦਾ ਨਿਕਲਣਾ ਔਖਾ ਹੋ ਗਿਆ ਲੁਧਿਆਣੇ ਦੇ ਵਿੱਚ। ਤੇ ਫਿਰ ਇਹਨਾਂ ਹਾਲਾਤਾਂ ਨੂੰ ਕੱਲ ਨੂੰ ਜਦੋਂ ਫਿਰ ਸਿੱਖ ਕੋਈ ਆਪ ਲੈਣਗੇ ਐਕਸ਼ਨ, ਦੇਖੋ ਜੇ ਸਰਕਾਰਾਂ ਅੱਗੇ ਕਹਿੰਦੇ ਸੀ ਅਨਾਰਕੀ ਹੈ, ਤੇ ਤੁਸੀਂ ਅਨਾਰਕਿਸਟ ਹੋ, ਸਾਨੂੰ ਇਹਨਾਂ ਨੇ ਕਿਹਾ ਜਦੋਂ ਕੁਰਸੀਆਂ ਦਾ ਮਸਲਾ ਬਣਿਆ। ਮੇਰਾ ਸਵਾਲ ਨਿਕਲੇ ਇਹ ਹੈ ਕਿ ਭਾਈ ਗੁਰੂ ਦੀ ਹਜ਼ੂਰੀ ਚ ਕੁਰਸੀ ਨਹੀਂ ਡਹਿ ਸਕਦੀ, ਇਹ ਗੁਰੂ ਮਰਿਆਦਾ ਜੀ ਲਿਖਿਆ, ਲਿਖਿਆ ਸ਼ਾਪ ਸ਼ਬਦਾਂ ਦੀ ਕੁਰਸੀ ਗੱਦਾ ਸੋਫਾ ਕੁਛ ਨਹੀਂ ਕਰ ਸਕਦਾ, ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋ ਜਾਂਦਾ। ਫਰਜ਼ ਤੇ ਹਕੂਮਤ ਦਾ ਸਰਕਾਰ ਦਾ ਹੈ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੂਗੀ ਜੇ ਕੋਈ ਬੰਦਾ ਕੁਰਸੀ ਡਾਊ, ਇਹਨਾਂ ਦਾ ਫਰਜ਼ ਬਣਦਾ ਹੈ ਵੀ ਆਪ ਜਾ ਕੇ ਰੋਕ, ਤੇ ਜੇ ਕੋਈ ਹੋਰ ਉਦੋਂ ਰੁਕੋਗੇ ਜਦੋਂ ਸਰਕਾਰ ਫੇਲ ਹੋ। ਅਨਾਰਕੀ ਉਦੋਂ ਆਉਂਦੀ ਹੈ ਜਦੋਂ ਸਿਸਟਮ ਫੇਲ ਹੋ ਜਾਂਦਾ। ਇਸ ਤਰੀਕੇ ਨਾਲ ਭਗਤ ਸਿੰਘ ਹੁਣਾਂ ਦਾ ਸਾਰਾ ਰੈਵੋਲਿਊਸ਼ਨ ਅਨਾਰਕਿਸਟ ਸੀ, ਉਹ ਅਨਾਰਕੀ ਕਰਦੇ ਰਹੇ ਸਮਾਜ ਦੇ ਵਿੱਚ।